ਇਹ ਪੂਲ ਦੇ ਵਿੱਚ ਬਾਈ ਮੈਂ ਕੱਲ ਪਾਣੀ ਪਾਇਆ ਤੇ ਅੱਜ ਤੁਸੀਂ ਦੇਖੋ ਪਾਣੀ ਦਾ ਕੀ ਹਾਲ ਹੋ ਚੁੱਕਿਆ। ਅੱਜ ਤੋਂ ਬਾਅਦ ਤਾਂ ਯਾਰ ਮੇਰਾ ਕੁਛ ਦਿਲ ਇਹ ਕਰਦਾ ਜਦੋਂ ਇਹ ਮੈਂ ਪਾਣੀ ਦੇਖਿਆ ਵੀ ਕਦੇ ਵੀ ਪੂਲ ਦੇ ਵਿੱਚ ਪਾਣੀ ਨਾ ਪਾਈਏ। ਹੁਣ ਮੈਨੂੰ ਟੈਨਸ਼ਨ ਪਤਾ ਕੀ ਆ ਵੀ ਕੱਲ ਜਾਂ ਪਰਸੋਂ ਇਹ ਪਾਣੀ ਯਾਰ ਬਾਲਟੀਆਂ ਨਾਲ ਫੇਰ ਕੱਢਣਾ ਪਊਗਾ ਤੇ ਉੱਥੇ ਬਾਈ ਡੋਲਣਾ ਪਊਗਾ। ਐਵੇਂ ਹੋ ਜਾਂਦਾ ਪਾਣੀ। ਇਹਦਾ ਜੇ ਕੋਈ ਹੱਲ ਹੈਗਾ ਨਾ ਵੀ ਪਾਣੀ ਹਰਾ ਨਾ ਹੋਵੇ ਤਾਂ ਜ਼ਰੂਰ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ। ਸਵਾਗਤ ਬਾਈ ਤੁਹਾਡਾ ਨਵੇਂ ਨਵੇਂ ਬਲੌਗ ਦੇ ਵਿੱਚ। ਇੱਕ ਆਹ ਦੇਖੋ ਯਾਰ, ਇਹਦੇ ਵਿੱਚ ਨਾ ਸਾਰਾ ਮੈਂ ਗੋਬਰ ਦਾ ਬਾਈ ਗੋਬਰ ਇਕੱਠਾ ਕਰਕੇ ਪਾਇਆ। ਮੁਰਗੀਆਂ ਨੇ ਦੇਖੋ ਯਾਰ ਕੀ ਹੱਲ ਕਰਤਾ। ਫਿਰ ਤੋਂ ਬਾਈ ਮੈਨੂੰ ਦੁਬਾਰਾ ਇਕੱਠਾ ਕਰਨਾ ਪੈਣਾ, ਇਹ ਟੋਕਰੇ ਦੇ ਵਿੱਚ ਪਾਉਣਾ ਪੈਣਾ। ਇਹਨਾਂ ਨੂੰ ਤਾਂ ਐਵੇਂ ਦਾ ਨਾ ਕੁਛ ਵੀ ਮਿਲਦਾ, ਇਹ ਤਾਂ ਬਾਈ ਜਮਾ ਉਹਨੂੰ ਖਿਲਾਰ ਦਿੰਦੇ। ਇੱਕ ਯਾਰ ਮੈਂ ਤੁਹਾਨੂੰ ਹੋਰ ਦੱਸਾਂ, ਇਹ ਰੌਕਸੀ ਬਾਈ ਆਪਣੀ ਉੱਧਰ ਬੈਠੀ ਸੀ ਤੇ ਮੈਂ ਇਹ ਗੇਟ ਖੋਲਿਆ ਆਪਣੇ ਉਧਰੋਂ, ਇਹ ਪਰਿੰਦੇ ਸਾਰੇ ਬਾਈ ਇੱਧਰ ਆ ਗਏ। ਪਿੱਛੇ ਦੀ ਪਿੱਛੇ ਬਾਈ ਰੌਕਸੀ ਹੈ ਨਾ ਕਿ ਸੜਕੇ ਤੁਸੀਂ ਦੇਖੋ ਇੱਥੇ ਤੱਕ ਪਹੁੰਚ ਚੁੱਕੀ ਆ। ਮੈਨੂੰ ਲੱਗਦਾ ਵੀ ਹੌਲੀ ਹੌਲੀ ਕਰਕੇ ਇਹਦੀ ਬੋਡੀ ਦੇ ਵਿੱਚ ਯਾਰ ਤਾਕਤ ਪੈਂਦੀ ਜਾਂਦੀ ਆ। ਕੀ ਪਤਾ ਯਾਰ, ਸ਼ਾਇਦ ਨਾ ਕੋਈ ਇੱਦਾਂ ਦਾ ਬਾਈ ਕ੍ਰਿਸ਼ਮਾ ਹੋ ਜੇ ਵੀ ਇਹ ਰੌਕਸੀ ਯਾਰ ਜਮਾ ਠੀਕ ਹੋ ਜੇ। ਕਿਉਂ ਤੇ ਇੱਕ ਬਾਈ ਮੈਂ ਡਾਕਟਰ ਨਾਲ ਗੱਲ ਕਰੀ ਸੀ, ਮੈਨੂੰ ਡਾਕਟਰ ਨੇ ਕਿਹਾ ਸੀ ਕਹਿੰਦਾ ਵੀ ਮੈਂ ਇੰਜੈਕਸ਼ਨ ਵਗੈਰਾ ਲਿਖੂੰਗਾ ਵੀ ਉਹ ਤੂੰ ਇਹਦੇ ਲਾਉਂਦਾ ਰਹੀ ਤਕਰੀਬਨ 10-15 ਦਿਨ, ਵੀ ਉਸ ਤੋਂ ਬਾਅਦ ਫਿਰ ਤੂੰ ਮੈਨੂੰ ਰੌਕਸੀ ਦਾ ਜੋ ਵੀ ਹੈ ਨਾ ਵੀ ਦੱਸੀ ਫਰਕ ਪਿਆ ਜਾਂ ਨਹੀਂ ਪਿਆ, ਵੀ ਫਿਰ ਆਪਾਂ ਜੋ ਅੱਗੇ ਇਲਾਜ ਹੋਊਗਾ ਉਹ ਵੀ ਕਰਾਂਗੇ। ਹੁਣ ਬਾਈ ਮੈਂ ਕੱਲ ਯਾਦ ਨਾਲ ਮੈਡੀਕਲ ਤੋਂ ਉਹ ਵੀ ਇੰਜੈਕਸ਼ਨ ਲੈ ਕੇ ਆਊਂਗਾ। ਇਹ ਰੌਕਸੀ ਦੇ ਬਾਈ ਆਪਾਂ ਲਾਉਣੇ ਕੱਲ ਤੋਂ ਹੀ ਨਾ ਸ਼ੁਰੂ ਕਰਦੇ ਹਾਂ। ਕੀ ਪਤਾ ਯਾਰ, ਸ਼ਾਇਦ ਫਰਕ ਪੈ ਜੇ। ਬਸ ਮੈਨੂੰ ਇਹ ਆ ਵੀ 100 ਦੇ ਵਿੱਚੋਂ ਹੈ ਨਾ 30% ਫਰਕ ਪੈ ਜੇ, ਚਾਹੇ 70% ਨਾ ਫਰਕ ਨਾ ਪਵੇ, ਉਹਦੇ ਨਾਲੇ ਆਪਾਂ ਨੂੰ ਇਹ ਹੋ ਜਾਊਗਾ ਵੀ ਹਾਂ ਰੌਕਸੀ ਯਾਰ ਆਪਦਾ ਤੁਰਨ ਫਿਰਨ ਜੋਗਾ ਨਾ ਥੋੜਾ ਬਹੁਤਾ ਹੋ ਚੁੱਕੀ ਆ। ਤਾਂ ਕਰਕੇ ਮੈਂ ਕਹਿਣਾ ਕੱਲ ਨੂੰ ਜੋ ਵੀ ਇਹਦੇ ਇੰਜੈਕਸ਼ਨ ਹੋਣਗੇ ਆਪਾਂ ਲੈ ਕੇ ਆਵਾਂਗੇ ਤੇ ਰੌਕਸੀ ਦੇ ਬਾਈ ਕੱਲ ਤੋਂ ਨਾ ਸ਼ੁਰੂ ਕਰ ਦੇਣੇ ਆ। ਇੱਧਰ ਬਾਈ ਆਪਣਾ ਗੱਬਰ ਦੇਖੋ ਯਾਰ ਖਾਂਦਾ ਹਰਾ, ਮੈਂ ਤੁਹਾਨੂੰ ਕੁਛ ਦਿਖਾਵਾਂ, ਦੇਖਿਓ ਫਿਰ ਇੱਕ ਮਿੰਟ ਦੇਖਿਓ ਹੁਣ ਖਾਂਦਾ ਨਾ ਹਰਾ। ਜਦੋਂ ਬਾਈ ਕੋਈ ਵੀ ਜਾਨਵਰ ਨਾ ਆਪਦੀ ਖੁਰਾਕ ਛੱਡ ਕੇ ਜਦੋਂ ਉਹਨੂੰ ਆਪਾਂ ਬੁਲਾਉਂਦੇ ਆ ਇਹਦਾ ਮਤਲਬ ਇਹੀ ਹੁੰਦਾ ਵੀ ਉਹ ਜਾਨਵਰ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਹੁਣ ਦੇਖਿਓ ਮੈਂ ਗੱਬਰ ਨੂੰ ਆਵਾਜ਼ ਮਾਰੂੰਗਾ, ਗੱਬਰ ਗੱਬਰ ਉਰੇ ਆ। ਇਹ ਆਓ ਦੇਖੋ ਬਾਈ, ਆਹ ਦੇਖੋ 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 ਤਾਂ ਸੀ ਯਾਰ, ਆਪਦਾ ਹਰਾ ਛੱਡ ਕੇ ਨਾ ਫਿਰ ਮੇਰੇ ਕੋਲ ਆਇਆ। ਇਹ ਵੀ ਨਹੀਂ ਗਾ ਵੀ ਮੈਂ 5 ਆਵਾਜ਼ਾਂ ਮਾਰੀਆਂ ਨੇ, 7 ਆਵਾਜ਼ਾਂ ਮਾਰੀਆਂ ਨੇ, ਸਿਰਫ 1 ਆਵਾਜ਼ ਮਾਰੀ ਆ, 1 ਆਵਾਜ਼ ਤੀ ਤੁਸੀਂ ਦੇਖੋ ਯਾਰ ਗੱਬਰ ਮੇਰੇ ਕੋਲ ਆ ਗਿਆ। ਗੱਬਰ ਪੱਤੇ ਖਾਣਾ, ਤੈਨੂੰ ਇਹ ਵੀ ਖਾਣੇ ਪਸੰਦ ਨੇ ਬਾਈ, ਖਾ ਲਾ ਯਾਰ ਖਾ ਲਾ। ਤੇ ਬਾਈ ਸ਼ਾਮ ਨੂੰ ਮੈਂ ਗੱਬਰ ਨੂੰ 1 ਰੋਟੀ ਹੈ ਨਾ ਡੇਲੀ ਆਪਦੇ ਹੱਥ ਰਾਹੀਂ ਦਿੰਦਾ ਹੁੰਦਾ, ਫਿਰ ਮੈਨੂੰ ਇਹ ਆ ਵੀ ਇਹਦਾ ਜੋ ਹੁੰਦਾ ਪਿਆਰ ਯਾਰ ਮੇਰੇ ਨਾਲ ਬਣਿਆ ਰਹੂਗਾ। ਤੇ ਜਿਵੇਂ ਫਿਰ ਬਾਈ ਇਹਨੂੰ ਮੈਂ ਆ ਹੁਣ ਆਵਾਜ਼ ਮਾਰੀ ਹੈ ਨਾ, ਅੱਗੇ ਤੋਂ ਮੈਂ ਫਿਰ ਵੀ ਆਵਾਜ਼ ਮਾਰੂੰਗਾ ਤਾਂ ਗੱਬਰ ਬਾਈ ਐਵੇਂ ਆਉਂਦਾ ਰਹੂਗਾ। ਇੱਕ ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਤਾਂ ਪਹਿਲਾਂ ਤੁਸੀਂ ਆਹ ਦੇਖੋ ਆਪਣੇ 2 ਕਬੂਤਰ ਉੱਡਦੇ ਆ। ਜਦੋਂ ਬਾਈ ਮੈਂ ਸਵੇਰੇ ਹੈ ਨਾ ਇਹ ਸਾਰੇ ਪਰਿੰਦੇ ਯਾਰ ਬਾਹਰ ਕੱਢੇ, ਇਹ ਵੀ 2 ਕਬੂਤਰ ਯਾਰ ਮੇਰੇ ਤੋਂ ਭੁਲੇਖੇ ਨਾਲ ਉੱਡ ਗਏ। ਜੇ ਹੁਣ ਮੈਂ ਟਾਈਮ ਦੀ ਗੱਲ ਕਰਾਂ ਤਕਰੀਬਨ ਮੈਨੂੰ ਲੱਗਦਾ 4-5 ਦਾ ਹੋ ਚੁੱਕਿਆ, ਤੇ ਉਸ ਤੋਂ ਬਾਅਦ ਫਿਰ ਯਾਰ ਮੈਂ ਸਾਰਾ ਕੰਮ ਕਰਕੇ ਨਾ ਚਲਿਆ ਗਿਆ ਬਾਈ ਰਿਸ਼ਤੇਦਾਰੀ 'ਚ। ਤੇ ਮੈਨੂੰ ਇਹ ਨਹੀਂ ਪਤਾ ਵੀ ਇਹ ਦੋਨੋਂ ਕਬੂਤਰ ਕਿੱਥੇ ਚਲੇ ਗਏ, ਵੀ ਛਤਰੀ 'ਤੇ ਆ ਗਏ ਵੀ ਛਤਰੀ 'ਤੇ ਬੈਠੇ ਆ ਜਾਂ ਨਹੀਂ ਬੈਠੇ। ਤੇ ਮੈਂ ਘਰਦਿਆਂ ਤੋਂ ਪੁੱਛਿਆ ਸੀ, ਘਰਦਿਆਂ ਨੇ ਮੈਨੂੰ ਇਹ ਗੱਲ ਕਹੀ ਆ, ਕਹਿੰਦੇ ਵੀ ਸਾਨੂੰ ਤੇਰਾ ਕੋਈ ਵੀ ਕਬੂਤਰ ਛਤਰੀ 'ਤੇ ਬੈਠਾ ਨਹੀਂ ਦਿਖਿਆ। ਇਹ ਵੀ ਹੋ ਸਕਦਾ ਨਾ ਵੀ ਛਤਰੀ 'ਤੇ ਬੈਠੇ ਹੁਣ ਉਸ ਤੋਂ ਬਾਅਦ ਥੱਲੇ ਚਲੇ ਗਏ ਹੁਣ, ਵੀ ਘਰਦਿਆਂ ਨੇ ਯਾਰ ਉੱਥੇ ਹੁਣ ਥੋੜ੍ਹੀ ਦੇਖਿਆ ਵੀ ਇਹ ਕਬੂਤਰ ਬੈਠੇ। ਮੈਨੂੰ ਲੱਗਦਾ ਐਵੇਂ ਹੋ ਸਕਦਾ ਵੀ ਬਾਅਦ ਵਿੱਚ 1 ਵਾਰ ਫਿਰ ਤੋਂ ਉੱਡ ਗਏ ਹੋਣੇ ਆ, ਤਾਂ ਕਰਕੇ ਬਾਈ ਇੰਨੇ ਟਾਈਮ ਤੱਕ ਉੱਡੀ ਜਾਂਦੇ ਆ। ਹੁਣ ਆਉਣਗੇ ਥੱਲੇ, ਇਹਨਾਂ ਨੂੰ ਵੀ ਆਪਾਂ ਕਰਦੇ ਆ ਅੰਦਰ। ਤੇ ਅੱਜ ਜੋ ਮੈਂ ਤੁਹਾਨੂੰ ਕੁਛ ਦਿਖਾਊਂਗਾ ਨਾ, ਕੁਛ ਬਾਈ ਕੁਛ ਵੀ ਦਿਖਾਊਂਗਾ, ਤੇ ਮੈਨੂੰ ਇੰਨੀ ਕੁ ਉਮੀਦ ਆ ਵੀ ਜਦੋਂ ਤੁਸੀਂ ਉਹ ਚੀਜ਼ ਨੂੰ ਦੇਖਣਾ ਹੈ ਨਾ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਣਾ ਯਾਰ। ਓਹੋ ਮੇਰਾ ਵੀ ਦਿਮਾਗ ਨਹੀਂ, ਥੰਬਨੇਲ ਦੇ ਵਿੱਚ
ਤੇ ਟਾਈਟਲ ਦੇ ਵਿੱਚ ਯਾਰ ਤੁਸੀਂ ਸਾਰਾ ਕੁਝ ਤਾਂ ਦੇਖ ਲਿਆ ਨਾ। ਚਲੋ ਮੈਂ ਤੁਹਾਨੂੰ ਦੱਸ ਦਿੰਨਾ ਵੀ ਕਿਹੜੀ ਕਬੂਤਰੀ ਦੇ ਦੋ ਬੱਚੇ ਆਂਡਿਆਂ ਦੇ ਵਿੱਚੋਂ ਬਾਹਰ ਆ ਗਏ। ਤੇ ਹੁਣ ਆਪਾਂ ਚੱਲਦੇ ਆ ਇੱਧਰ, ਫਿਰ ਆਪਾਂ ਜਦੋਂ ਕਬੂਤਰ ਛਤਰੀ ਤੇ ਬੈਠਣਗੇ ਨਾ, ਆ ਦੇਖੋ ਨਾਲੇ ਇਹਨਾਂ ਨੂੰ ਆਪਾਂ ਬਾਈ ਪਿੰਜਰੇ ਦੇ ਵਿੱਚ ਬੰਦ ਕਰ ਦਾਂਗੇ, ਨਾਲੇ ਮੈਂ ਤੁਹਾਨੂੰ ਇਹ ਵੀ ਦਿਖਾ ਦੂੰਗਾ ਵੀ ਕਬੂਤਰੀ ਦੇ ਬੱਚੇ ਬਾਹਰ ਆ ਗਏ। ਤੇ ਆ ਲਓ ਬਾਈ ਗੇਟ ਖੋਲਿਆ, ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ। ਆ ਦੇਖੋ ਬਾਈ ਇਹਨਾਂ ਦੋਨਾਂ ਦਾ ਲਵਾਤਾ ਆਪਾਂ ਜੋੜਾ, ਠੀਕ ਆ। ਇਹਨਾਂ ਦੇ ਵਿੱਚ ਮੈਂ ਜੋੜਾ ਦਾ ਲਵਾਤਾ ਯਾਰ, ਪਰ ਮੈਂ ਪੱਕੀ ਗਰੰਟੀ ਨਹੀਂ ਲੈਂਦਾ ਵੀ ਇਹਦੇ ਵਿੱਚ ਇੱਕ ਕਬੂਤਰ ਆ ਜਾਂ ਕਬੂਤਰੀ ਆ। ਇਹ ਮੈਨੂੰ ਨਾ ਦੋਨੋਂ ਬਾਈ 100 ਦੇ ਵਿੱਚੋਂ 70% ਕਬੂਤਰੀਆਂ ਲੱਗਦੀਆਂ ਨੇ, ਬਾਕੀ ਇਹ ਤਾਂ ਇੱਕ, ਹਾਂ ਇਹ ਤਾਂ ਮੈਨੂੰ ਪੱਕੀ ਕਬੂਤਰੀ ਹੋ ਲੱਗਦੀ ਆ। ਇਹ ਮੈਨੂੰ ਲੱਗਦਾ ਵੀ 100 ਦੇ ਵਿੱਚੋਂ ਤਕਰੀਬਨ 60% ਵੀ ਕਬੂਤਰ ਹੋ ਸਕਦਾ, ਬਾਕੀ ਤੁਸੀਂ ਬਾਈ ਦੇਖ ਲਿਆ। ਆ ਲਓ ਨੇੜੇ ਤੋਂ ਵੀ ਦੇਖ ਲਓ ਤੁਸੀਂ, ਮੈਨੂੰ ਸਭ ਨੇ ਬਾਈ ਕਮੈਂਟਾਂ ਦੇ ਵਿੱਚ ਦੱਸ ਦੇਣਾ ਵੀ ਕਿਹੜਾ ਕਬੂਤਰ ਆ, ਕਿਹੜੀ ਕਬੂਤਰੀ ਆ, ਜਾਂ ਫਿਰ ਬਾਈ ਦੋਨੋਂ ਕਬੂਤਰ ਨੇ ਜਾਂ ਫਿਰ ਬਾਈ ਦੋਨੋਂ ਕਬੂਤਰੀਆਂ ਨੇ, ਠੀਕ ਆ। ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਵੀ ਆਪਾਂ ਕਿਹੜੇ ਕਬੂਤਰ ਦਾ ਤੇ ਕਿਹੜੀ ਕਬੂਤਰੀ ਦਾ ਯਾਰ ਜੋੜਾ ਲਵਾਇਆ। ਆਹ ਚੈੱਕ ਕਰੋ ਬਾਈ, ਇਹਨਾਂ ਨੂੰ ਬੰਦ ਕਰਤਾ ਮੈਂ ਇੱਧਰ, ਠੀਕ ਆ। ਇੱਧਰ ਹੁੰਦੇ ਆਪਣੇ ਚੂਚੇ, ਉਹਨਾਂ ਨੂੰ ਵੀ ਕਰਦੇ ਆ ਬੰਦ, ਤੇ ਓਏ ਹੋਏ ਫਲੈਸ਼ ਬੰਦ ਹੋ ਗਈ ਯਾਰ, ਦੇਖ ਲਿਓ ਯਾਰ ਬਸ, ਠੀਕ ਆ। ਇੱਧਰ ਬਾਈ ਇਹ ਕਬੂਤਰ ਨਾ, ਸੌਰੀ ਇਹ ਕਬੂਤਰੀ ਆ, ਇਹ ਤਾਂ ਮੈਨੂੰ ਪੱਕਾ ਪਤਾ 100 ਦੇ ਵਿੱਚੋਂ 100%, ਤੇ ਇੱਧਰ ਬਾਈ ਇਹ ਮੈਨੂੰ ਪੱਕਾ ਪਤਾ 100 ਦੇ ਵਿੱਚੋਂ ਇਹ 70% ਵੀ ਇਹ ਕਬੂਤਰ ਆ, ਇਹ ਕਬੂਤਰੀ ਆ, ਠੀਕ ਆ। ਆ ਦੇਖੋ ਇਹਨਾਂ ਦੇ ਵੀ ਜੋ ਅੱਗੇ ਬਾਈ ਬੱਚੇ ਆਉਣਗੇ ਬੜੇ ਪਿਆਰੇ ਆਉਣਗੇ। ਇਹ ਲੱਕੀ ਕਬੂਤਰੀ ਨੇ ਵੀ ਮੈਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦਿਖਾਇਆ ਸੀ ਨਾ, ਇਹਨੇ ਵੀ ਬਾਈ ਇੱਕ ਲੱਕੀ ਕਬੂਤਰ ਨਾਲ ਜੋੜਾ ਪਾ ਲਿਆ ਨਾ, ਫਿਰ ਬਾਈ ਇਹਨੂੰ ਮੈਂ ਬੰਦ ਕਰਤਾ। ਇਹਦੇ ਵੀ ਜੋ ਆਂਡੇ ਹੋਣਗੇ ਆਪਾਂ ਨੂੰ ਇੱਕ ਵਾਰ ਬਾਈ ਕੀ ਕਰਨੇ ਪੈਣੇ ਆ, ਵੇਸਟ। ਤੇ ਹੁਣ ਆਪਾਂ ਕਬੂਤਰ ਦੇਖਦੇ ਹਾਂ ਵੀ ਆਪਣੇ ਨੀਵੇਂ ਹੋਏ ਜਾਂ ਨਹੀਂ, ਫਿਰ ਉਸ ਤੋਂ ਬਾਅਦ ਰੂਮ ਦੇ ਵਿੱਚ ਆਉਂਦੇ ਆ। ਇੱਥੇ ਇੱਕ ਆਪਾਂ ਕੰਮ ਕਰਨਾ, ਉਹ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ, ਪਹਿਲਾਂ ਕਬੂਤਰ ਦੇਖ ਲਿਆ। ਓਏ 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 ਓਏ, ਇਹ ਗੇਟ ਤਾਂ ਬਾਈ ਮੈਨੂੰ ਨਾਲ ਦੀ ਨਾਲ ਬੰਦ ਕਰਨਾ ਪੈਂਦਾ ਕਿਉਂਕਿ ਅੰਦਰ ਇੱਕ ਮੁਰਗੀ ਆ, ਫਿਰ ਇਧਰੋਂ ਕੋਈ ਵੀ ਮੁਰਗਾ ਜਾਂਦਾ ਨਾ ਜਾ ਕੇ ਬਾਈ ਉਹ ਮੁਰਗੀ ਨੂੰ ਢਾ ਲੈਂਦਾ, ਫਿਰ ਮੁਰਗੀ ਯਾਰ ਬਹੁਤ ਉੱਚੀ ਉੱਚੀ ਨਾ ਆਵਾਜ਼ਾਂ ਮਾਰਦੀ ਆ ਵੀ ਮੈਨੂੰ ਛੜਵਾਓ ਮੈਨੂੰ ਛੜਵਾਓ। ਨਾ ਨਹੀਂ ਆਏ ਬਾਈ ਹਲੇ ਆਪਣੇ ਕਬੂਤਰ, ਦੋਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਯਾਰ। ਆਹ ਦੇਖੋ ਉੱਡਦੇ, ਇਹ ਹਲੇ ਨਹੀਂ ਆਉਂਦੇ। ਚਲੋ ਉਨੇ ਟਾਈਮ ਨੂੰ ਆਪਾਂ ਰੂਮ ਦੇ ਵਿੱਚ ਜੋ ਵੀ ਆਪਣਾ ਕੰਮ ਕਰਨ ਵਾਲਾ ਕਰ ਲਿਆ। ਰੌਕਸੀ ਤੂੰ ਰਸਤੇ ਦੇ ਵਿੱਚ ਬੈਠੀ ਆ ਯਾਰ, ਜੇ ਤੇਰੇ ਤੇ ਪੈਰ ਰੱਖਿਆ ਗਿਆ ਤਾਂ ਤੇਰਾ ਕੁਛ ਨਾ ਕੁਛ ਟੁੱਟ ਸਕਦਾ, ਔਰ ਦੂਜੀ ਗੱਲ ਮੈਨੂੰ ਇਹ ਵੀ ਪਤਾ ਚਾਹੇ ਤੇਰੀ ਪੂੰਛ ਤੇ ਥੋੜਾ ਜਿਹਾ ਪੈਰ ਰੱਖਿਆ ਜਾਵੇ ਤੈ ਮੇਰੇ ਨਾ ਜ਼ਰੂਰ ਬਾਈ ਦੰਦ ਮਾਰਨੇ ਆ, ਮੈਨੂੰ ਤੇਰੇ ਤੋਂ ਬੜਾ ਧਿਆਨ ਨਾਲ ਹੋ ਕੇ ਚੱਲਣਾ ਪੈਂਦਾ। ਦੇਖੋ ਤਾਂ ਸਹੀ ਹੁਣ ਯਾਰ ਮੈਂ ਇੱਧਰ ਨੂੰ ਜਾਣਾ, ਆ ਲਓ ਜਮਾਂ ਰਸਤੇ 'ਚ ਬੈਠੀ ਆ, ਜੇ ਐਵੇਂ ਪੈਰ ਰੱਖਤਾ ਨਾ। ਆ ਦੇਖਿਓ ਇਹ ਆ ਦੇਖੋ ਲੈ, ਇਹ ਤਾਂ ਹੁਣੇ ਬਾਈ ਕੱਟਣ ਨੂੰ ਫਿਰਦੀ ਆ। ਗੱਬਰ ਕਿੱਧਰ ਨੂੰ ਬਾਈ, ਹੈਲੋ ਹਲੇ ਤੇਰਾ ਟਾਈਮ ਨਹੀਂ ਹੋਇਆ ਉੱਧਰ ਜਾਣ ਦਾ, ਇੱਧਰ ਆ ਜਾ ਆ ਜਾ ਆ ਜਾ ਆ ਜਾ, ਜਦੋਂ ਤੇਰਾ ਪਾਣੀ ਪੀਣਾ ਹੈ। ਗੱਬਰ ਨੂੰ ਤਾਂ ਬਾਈ ਪਾਣੀ ਦੀ ਮੌਜ ਲੱਗ ਗਈ ਜਦੋਂ ਦਾ ਆਪਾਂ ਪੂਲ ਦੇ ਵਿੱਚ ਪਾਣੀ ਰੱਖ ਛੱਡਣ ਲੱਗੇ ਨਾ, ਗੱਬਰ ਤਾਂ ਯਾਰ ਬਾਲਟੀ ਦੇ ਵਿੱਚ ਬਾਈ ਪਾਣੀ ਪੀਣਾ ਹੀ ਭੁੱਲ ਗਿਆ ਜੇ, ਹੈ ਨਾ ਗੱਬਰ, ਐਵੇਂ ਆ ਪੀਣਾ ਭੁੱਲ ਗਿਆ ਨਾ, ਜਿਵੇਂ ਬਾਈ ਜੰਗਲ ਦੇ ਵਿੱਚ ਨਹੀਂ ਪੀਂਦੇ ਹੁੰਦੇ ਪਾਣੀ ਜਾਨਵਰ ਯਾਰ, ਉਵੇਂ ਗੱਬਰ ਪਾਣੀ ਪੀਂਦਾ। ਲੈ ਬਾਈ ਜਮਾਂ ਹੀ ਨੀਵੇਂ ਹੋ ਗਏ। ਆਹ ਦੇਖੋ ਯਾਰ ਇੱਕ ਮਿੰਟ ਯਾਰ ਮੈਂ ਇਹਦੇ ਤੋਂ ਪਰੇ ਹੋ ਜਾ, ਇਹਦਾ ਤਾਂ ਬਾਈ ਮੈਨੂੰ 1% ਦਾ ਵੀ ਯਕੀਨ ਨਹੀਂ ਗਾ। ਇਹ ਆ ਗਏ ਫੇਰ ਬਾਈ ਘੁੰਮ ਕੇ ਆ ਗਏ, ਆਹ ਦੇਖੋ ਹੁਣ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਸਾਡੇ ਨਾਲ ਦੇ ਤਾਂ ਦਾਣਾ ਖਾ ਚੁੱਕੇ ਆ, ਅਸੀਂ ਵੀ ਜਾਈਏ। ਇਹਨਾਂ ਨੂੰ ਇਹ ਵੀ ਪਤਾ ਵੀ ਸਾਡਾ ਮਾਲਕ ਸਾਨੂੰ ਸਪੈਸ਼ਲ ਦਾਣਾ ਪਾਊਗਾ ਵੀ ਸਾਨੂੰ ਭੁੱਖਾ ਨਹੀਂ ਰੱਖੂਗਾ। ਬਾਈ ਬੜਾ ਮਾਣ ਨਾਲ ਉੱਡਦੇ ਆ, ਆਹ ਦੇਖੋ ਆਹ ਆ ਗਏ, ਇਹ ਆ ਲਓ, ਤਾਂ ਹੀ ਤਾਂ ਬੇਫਿਕਰ ਹੋ ਕੇ ਉੱਡਦੇ ਆ, ਇਹਨਾਂ ਨੂੰ ਪਤਾ ਸਾਰਾ ਕੁਛ ਯਾਰ। ਆਹ ਦੇਖੋ
ਜਾਨਵਰ ਤਾਂ ਬਈ ਆਪਣੇ ਨੂੰ, ਜਾਨਵਰ ਤਾਂ ਬੰਦੇ ਨੂੰ ਵੀ ਜ਼ਿਆਦਾ ਸਿਆਣਾ ਹੁੰਦਾ ਯਾਰ। ਇੱਕ ਵਾਰ ਇਹਨਾਂ ਦੀ ਜੋ ਫੀਲਿੰਗ ਹੈ ਨਾ ਸਮਝ ਕੇ ਦੇਖੋ ਚੰਗੀ ਤਰ੍ਹਾਂ। ਆ ਗਏ ਆ ਗਏ, ਬਾਕੀ ਤੁਹਾਡੇ ਵੀ ਯਾਰ ਸਭ ਦੇ ਜਾਨਵਰ ਰੱਖੇ ਹੋਏ ਨੇ, ਤੁਹਾਨੂੰ ਪਤਾ ਹੀ ਆ। ਇਹ ਮੈਨੂੰ ਨਾ ਜ਼ਿਆਦਾ ਸੁਝਾਅ ਦੇਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਮੇਰੇ ਨਾਲੋਂ ਜ਼ਿਆਦਾ ਬਾਈ ਤੁਹਾਨੂੰ ਪਤਾ ਕਿੱਥੇ ਗਏ ਕਿੱਥੇ ਗਏ ਕਿੱਥੇ ਗਏ। ਇਹ ਨਹੀਂ ਦੇਖਦੇ ਇੱਧਰ ਜੀ ਆਉਣਗੇ, ਆ ਗਏ ਲੈ ਇਹਨਾਂ ਦੀ ਤੁਸੀਂ ਬਾਈ ਹੁਣ ਨੀਵੇਂ ਨੇ ਉਡਾਰ ਵੀ ਚੈੱਕ ਕਰ ਸਕਦੇ ਹੋ। ਆਹ ਦੇਖੋ ਜੋ ਇੱਧਰਲਾ ਕਬੂਤਰ ਆ ਨਾ ਉਹ ਤਾਂ ਬਾਈ ਉੱਪਰ ਜਾ ਕੇ ਖੰਭੇ ਮਾਰਨ ਤੋਂ ਹਟ ਜਾਂਦਾ। ਇਹ ਬਾਈ ਕਬੂਤਰ ਤੁਹਾਨੂੰ ਮੈਂ ਦੱਸ ਦਵਾਂ ਦੋਨੋਂ ਰੂਮ ਵਾਲੇ ਆ। ਆ ਗਏ ਆ ਗਏ ਆ ਗਏ ਆ ਗਏ ਰੌਕਸੀ, ਆਪਣੇ ਕਬੂਤਰ ਨੀਵਾਂ ਹੋ ਚੁੱਕੇ ਆ। ਓਏ 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 ਹੋਏ ਹੋਏ ਓਏ ਹੋਏ ਹੋਏ, ਚੱਲ ਇਹ ਚੱਲ ਮੈਂ ਤੇਰੇ ਤੋਂ ਦੂਰੇ ਹੋ ਜਾਂਦਾ ਐਵੇਂ ਜੇ ਮੈਂ ਤੇਰੇ ਤੋਂ ਦੰਦ ਖਾ ਲਿਆ ਨਾ, ਨਾਲੇ ਤਾਂ ਬਾਈ ਘਰ ਦੇ ਮੈਨੂੰ ਬੋਲਣਗੇ, ਨਾਲੇ ਬਾਈ ਘਰ ਦੇ ਤੈਨੂੰ ਬੋਲਣਾ ਨਹੀਂ, ਉਹਨਾਂ ਨੇ ਤੈਨੂੰ ਇਹ ਸੈਟਅਪ ਤੋਂ ਹਟਾ ਦੇਣਾ, ਇਹ ਨਹੀਂ ਪਤਾ ਕਿੱਥੇ ਛੱਡ ਕੇ ਆਉਣਗੇ। ਅੱਛਾ ਮੁੜ ਕੇ ਤੂੰ ਮੈਨੂੰ ਮਿਲ ਵੀ ਨਹੀਂ ਸਕਦੀ ਇਹੋ ਜਿਹੀ ਥਾਂ 'ਤੇ ਛੱਡ ਕੇ ਆਉਣਗੇ, ਤਾਂ ਕਰਕੇ ਮੈਂ ਤੈਨੂੰ ਕਹਿਣਾ ਇਹ ਦੰਦ ਦਿਖਾਉਣੇ ਮੈਨੂੰ ਬੰਦ ਕਰ ਦੇ ਬੰਦ ਕਰ ਦੇ। ਕਿੱਥੇ ਗਿਆ, ਬੈਠ ਤਾਂ ਨਹੀਂ ਗਿਆ? ਨਹੀਂ ਟਰਕੀ, ਤੈਨੂੰ ਹੁਣ ਮੈਂ ਕਦੇ ਬੁਲਾਇਆ ਨਹੀਂ, ਬੋਲ ਕੇ ਦਿਖਾ ਦਿਖਾ ਬੋਲ ਕੇ। ਹਾਂ ਵੈਰੀ ਗੁੱਡ, ਆ ਗਏ ਬਾਈ ਇੱਥੇ ਕਿ ਯਾਰ ਆ ਜਾਂਦੇ ਆ ਔਰ ਉਸ ਤੋਂ ਬਾਅਦ ਫਿਰ ਉੱਚਾ ਹੋ ਜਾਂਦੇ ਆ। ਲੈ ਮੈਂ ਯਾਰ ਰੂਮ ਦੇ ਅੰਦਰ ਜਾਣ ਤੋਂ ਬੈਠਾ ਕਿਉਂਕਿ ਅੰਦਰ ਨਾ ਆਪਾਂ ਨੂੰ ਥੋੜ੍ਹਾ ਬਹੁਤਾ ਕੰਮ ਰਹਿੰਦਾ ਯਾਰ ਆਪਣਾ। ਹਾਂ ਬਾਈ, ਹੈਲੋ 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 ਹੈਲੋ, ਕਿਹਨੂੰ ਮਿਲਣਾ ਆ? ਹੈ ਕਿਹਨੂੰ ਦੇਖਣ ਆਇਆ ਸੀ? ਅੱਛਾ ਇਹਨਾਂ ਦੀ ਪਰਚੀ ਫੀਸ, ਇਹਨਾਂ ਦੀ 20-20 ਰੁਪਈਏ ਪਰਚੀ ਫੀਸ ਆ। ਜੇ ਤਾਂ ਕੋਈ ਵੀ ਜਾਨਵਰ ਦੇਖਣਾ, ਕੋਈ ਵੀ ਤਾਂ ਕਬੂਤਰ ਦੇਖਣਾ, ਇਹ ਪਰਚੀ ਫੀਸ ਲੱਗਦੀ ਆ 20 ਰੁਪਈਏ। ਮੇਰੇ ਕੋਲ ਪਹਿਲਾਂ ਵੀ ਤੇਰੇ ਵਰਗਾ ਇੱਕ ਬੱਚਾ ਆਇਆ ਸੀ, ਠੀਕ ਆ, ਆਹ ਦੇਖ ਉਹਦੇ ਤੋਂ ਮੈਂ ਪਰਚੀ ਫੀਸ ਲਈ ਆ 20 ਰੁਪਈਏ, ਤਾਂ ਹੀ ਮੈਂ ਤੈਨੂੰ ਕਹਿਣਾ। ਹੁਣ ਤੂੰ ਪਰਚੀ ਫੀਸ ਕਦੋਂ ਦੇਗਾ? ਐਵੇਂ ਕਰੀ ਸ਼ਾਮ ਨੂੰ ਦੇ ਦੇਈ, ਠੀਕ ਆ, ਯਾਦ ਨਾਲ। ਹੁਣ ਤੇਰੇ ਵੱਲ 20 ਰੁਪਈਏ ਹੋ ਗਏ, ਠੀਕ ਆ। ਹਾਂ ਫਿਰ ਅਗਲੀ ਵਾਰ ਤਾਂ ਮੈਂ ਦੇਖਣ ਦਊਂਗਾ, ਨਹੀਂ ਮੈਂ ਦੇਖਣ ਨਹੀਂ ਦਊਂਗਾ। ਪੱਕਾ? ਡਨ ਆ ਡਨ ਆ, ਚਲੋ ਠੀਕ ਆ ਬਾਈ। ਇਹਦੇ ਨਾਲ ਜੋ ਆਪਣੀ ਡੀਲ ਕੀ ਹੋ ਗਈ, ਫਾਈਨਲ ਹੋ ਗਈ। ਹੈਂ ਕੱਲ ਨੂੰ ਦੇਗਾ? ਚੱਲ ਕੱਲ ਨੂੰ ਦੇ ਦੇ। ਕੀ ਅੱਜ ਤੇਰੇ ਕੋਲ ਟਾਈਮ ਨਹੀਂ ਲੱਗਣਾ? ਉਰੇ ਆ ਮੇਰੀ ਗੱਲ ਸੁਣ। ਅੱਛਾ ਗੁੱਲਕ ਦੇ ਵਿੱਚ ਪੈਸੇ ਪਾਉਣਾ ਹੁੰਦਾ? ਹਰ ਰੋਜ਼ ਪਾਉਣਾ ਹੁੰਦਾ? ਕਿੰਨੇ ਕਿੰਨੇ ਪੈਸੇ ਪਾਉਣਾ ਹੁੰਦਾ? 200-300 ਹਰ ਰੋਜ਼? 200-300 ਪਾਉਣਾ ਹੁੰਦਾ? ਵਾਹ ਬਾਈ ਵਾਹ, ਫਿਰ ਤਾਂ ਤੂੰ ਬਹੁਤ ਯਾਰ ਅਮੀਰ ਆਦਮੀ ਆ, ਇੰਨਾ ਅਮੀਰ ਆਦਮੀ। ਜੋ ਬੰਦਾ ਬਾਈ 200-300 ਰੁਪਈਆ ਗੁਲਕ ਦੇ ਵਿੱਚ ਗੁਲਕੇ ਕਹਿੰਦੇ ਹੁੰਦੇ ਨਾ, ਹਨਾ, ਫਿਰ ਉਹਦੇ ਵਿੱਚ ਪਾਉਂਦਾ ਬਾਈ, ਉਹ ਤਾਂ ਫਿਰ ਬੰਦਾ ਬਹੁਤ ਅਮੀਰ ਆਦਮੀ ਆ। ਨਹੀਂ ਬਾਈ ਮੈਂ ਤੈਨੂੰ ਮਜ਼ਾਕ ਕਰਦਾ, ਕੋਈ ਵੀ ਫਰਚੀ ਫੀਸ ਨਹੀਂ। ਅੱਛਾ ਜਿਵੇਂ ਤੇਰਾ ਦਿਲ ਕਰਦਾ ਉਵੇਂ ਦੇ, ਠੀਕ ਆ। ਹਾਂ ਵਾਹ ਬਈ ਵਾਹ, ਤਕੜਾ ਬੰਦਾ। ਵੈਸੇ ਜੇ ਇਹਦੇ ਤੋਂ ਇੱਕ ਆਪਾਂ ਪਰਚੀ ਫੀਸ ਲੈ ਵੀ ਲਵਾਂਗੇ 20 ਰੁਪਈਏ ਨਾ, ਤਾਂ ਵੀ ਬਾਈ ਕੋਈ ਮਾੜੀ ਗੱਲ ਨਹੀਂ, 300 ਰੁਪਈਆ ਪਾਉਂਦਾ ਅਗਲਾ। ਆ ਗਏ ਬਾਈ ਆਪਣੇ ਦੋਨੋਂ ਕਬੂਤਰ। ਜਦੋਂ ਮੈਂ ਅੰਦਰ ਜਾਣ ਲੱਗਦਾ ਉਦੋਂ ਯਾਰ ਨੀਵੇਂ ਹੋ ਜਾਂਦੇ ਆ, ਨਹੀਂ ਉੱਚੇ ਚਲੇ ਜਾਂਦੇ ਆ। ਫਿਰ ਮੈਂ ਜੋ ਵੀਡੀਓ ਬਣਾਈ ਹੁੰਦੀ ਆ ਨਾ ਉਹਨੂੰ ਦੇਖਣ ਲੱਗ ਜਾਂਦਾ। ਤੁਸੀਂ ਸੋਚਦੇ ਹੋਣੇ ਆ ਬਾਈ ਅੰਦਰ ਜਾਣ ਨੂੰ ਇੰਨਾ ਟਾਈਮ, ਤਾਂ ਲੱਗ ਜਾਂਦਾ ਟਾਈਮ ਯਾਰ, ਮੈਂ ਵੀਡੀਓ ਦੇਖਣ ਲੱਗ ਜਾਂਦਾ ਹੁੰਦਾ ਕਿੱਥੇ ਗਏ ਕਿੱਥੇ ਗਏ ਕਿੱਥੇ ਗਏ। ਆ ਗਏ, ਆਹ ਦੇਖੋ ਇਹ, ਆਹ ਦੇਖੋ ਯਾਰ ਇਹ ਟਰਕੀ। ਟਰਕੀ ਠੀਕ ਆ ਤੂੰ? ਹੈ ਇੱਕ ਯਾਰ ਤੁਸੀਂ ਬਾਈ ਮੈਨੂੰ ਕਮੈਂਟ ਕਰਿਆ ਵੀ ਇਹ ਟਰਕੀ ਦੀ ਲੱਤ 'ਤੇ ਕੁਛ ਵੀ ਇੱਦਾਂ ਦਾ ਨਹੀਂ ਲੱਗਿਆ ਹੋਣਾ, ਵੀ ਇਹ ਇੱਕ ਪ੍ਰੋਬਲਮ ਹੁੰਦੀ ਆ ਇਹਨਾਂ ਦੇ ਵਿੱਚ ਆ ਜਾਂਦੀ ਹੁੰਦੀ ਆ। ਅਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਨਾ ਮੈਡੀਸਨ ਦੱਸੀ ਆ, ਉਹ ਵੀ ਮੈਂ ਆਪਾਂ ਉਹਦੀ ਰੌਕਸੀ ਦੀ ਲੈ ਕੇ ਆਉਣੀ ਹੈ ਨਾ ਮੈਡੀਸਨ, ਫਿਰ ਬਾਈ ਇਹਦੀ ਵੀ ਮੈਂ ਉਹ ਮੈਡੀਸਨ ਲੈ ਕੇ ਆਊਂਗਾ, ਅਤੇ ਉਹ ਵੀ ਆਪਾਂ ਯਾਰ ਇਹਦਾ ਜੋ ਟ੍ਰੀਟਮੈਂਟ ਕਰਕੇ ਦੇਖ ਲੈਂਦੇ ਹਾਂ, ਕੀ ਪਤਾ ਬਾਈ ਠੀਕ ਇਹੋ ਜਿਹੇ ਕ੍ਰਿਸ਼ਮਾ ਹੋ ਸਕਦਾ ਬਾਈ ਇੱਧਰ ਵੀ। ਕਿੱਥੇ ਗਏ ਕਿੱਥੇ ਗਏ ਕਿੱਥੇ ਗਏ, ਆ ਗਏ।